ਬਿਸਮਿਲ੍ਲਾਹਿਰਰਹਮਾਨਿਰਰਹੀਮ। ਅਸਲਾਮ ਅਲੈਕਮ ਜੀ, ਕੀ ਹਾਲ ਹੈ? ਠੀਕ ਠਾਕ ਹੋ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕੁਛ ਬਾਤ ਹੋਵੇਗੀ, ਅੱਲਾਹ ਪਾਕ ਖੁਸ਼ ਹੋ ਰਹੇਗੀ, ਖੁਸ਼ ਰੱਖੇ, ਆਬਾਦ ਰੱਖੇ ਜੀ। ਆਮੀਨ ਅੱਲਾਹੁਮਾਮੀਨ। ਇਸ ਵਾਰ ਦਾ ਨਾਮ ਕਰਦੇ ਹਾਂ ਜੀ ਅੱਜ ਦੇ ਬਲੌਗ ਦਾ। ਸਭ ਤੋਂ ਪਹਿਲਾਂ ਸਾਰਿਆਂ ਨੂੰ ਕਹਿੰਦੇ ਹਾਂ ਈਦ ਮੁਬਾਰਕ, ਸਾਨੂੰ ਬਹੁਤ ਬਹੁਤ ਜ਼ਿਆਦਾ ਈਦ ਮੁਬਾਰਕ। ਅੱਲਾਹ ਪਾਕ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ, ਹਸਤਾ ਮੁਸਕਰਾਉਂਦਾ ਰੱਖੇ ਜੀ। ਆਮੀਨ ਅੱਲਾਹੁਮਾਮੀਨ। ਇਸ ਤੋਂ ਬਾਅਦ ਕਰਦੇ ਹਾਂ ਜੀ ਅੱਜ ਦੇ ਬਲੌਗ ਦਾ। ਵੈਸੇ ਤੁਸੀਂ ਦੱਸੋ ਤੁਹਾਡੇ ਕੋਲ ਈਦ ਕੈਸੀ ਮਨਾਈ ਜਾ ਰਹੀ ਹੈ? ਸਾਡੇ ਕੋਲ ਤਾਂ ਇੱਥੇ ਸਾਰੇ ਪਾਸੇ ਜਿਹੜਾ ਨਾ ਜੋਸ਼ ਖਰੋਸ਼ ਨਾਲ ਮਨਾਈ ਜਾ ਰਹੀ ਹੈ, ਲੇਕਿਨ ਸਾਡੀ ਕੁਝ ਇੰਨੀ ਖਾਸ ਨਹੀਂ ਹੈ। ਈਦ ਤਿਆਰ ਵੀ ਹੋਣ ਨੂੰ ਬਹੁਤ ਮੁਸ਼ਕਿਲ ਆਇਆ। ਮੈਂ ਵਲੌਗ ਬਣਾਇਆ ਸੀ ਅਤੇ ਮੈਂ ਕਿਹਾ ਥੋੜ੍ਹਾ ਬਹੁਤ ਤਿਆਰ ਹੋ ਜਾਈਏ, ਦਿਲ ਨਹੀਂ ਚਾਹ ਰਿਹਾ ਸੀ। ਅੱਜ ਦਿਲ ਨਾਲ ਤਿਆਰ ਵੀ ਨਹੀਂ ਹੋਈ, ਮੈਂ ਦੇਖ ਸਕਦੀ ਹਾਂ। ਅਤੇ ਕਿਉਂਕਿ ਅਹਿਮਦ ਬਾਬਾ ਨੂੰ 29ਵੀਂ ਸਹਿਰੀ ਜਿਹੜੀ ਕਰਨੀ ਸੀ ਨਾ, ਸਹਿਰੀ ਦੇ ਟਾਈਮ ਅਚਾਨਕ ਇੰਨਾ ਸ਼ਦੀਦ ਬੁਖਾਰ ਹੋਇਆ ਨਾ, 103 102 ਬੁਖਾਰ, ਇਸ ਤੋਂ ਥੱਲੇ ਨਹੀਂ ਆ ਰਿਹਾ। ਅਤੇ ਅੱਜ ਵੀ ਇਸੇ ਤਰ੍ਹਾਂ ਹੀ ਹੈ ਬੁਖਾਰ। ਦੋ ਦਫ਼ਾ ਕੱਲ੍ਹ ਦਵਾਈ ਲੈ ਕੇ ਆਏ ਹਨ, ਲੇਕਿਨ ਕੋਈ ਆਰਾਮ ਨਹੀਂ ਆ ਰਿਹਾ ਜ਼ਰਾ ਸਾਰਾ ਵੀ। ਜਦੋਂ ਕੰਮ ਜਿਹੜੇ ਨਾ ਉਹ ਥੋੜ੍ਹੇ ਬਹੁਤ ਹੀ ਘਰ ਦੇ ਆ, ਜੋ ਜ਼ਿਆਦਾ ਨਹੀਂ ਹੋਏ। ਤੁਹਾਨੂੰ ਅਗਰ ਤੁਸੀਂ ਦੇਖਣਾ ਚਾਹੋ ਤਾਂ ਮੈਂ ਦਿਖਾ ਵੀ ਦਿਆਂਗੀ ਤੁਹਾਨੂੰ ਥੋੜ੍ਹੀ ਦੇਰ ਬਾਅਦ, ਠੀਕ ਹੈ ਜੀ। ਲੇਕਿਨ ਪਹਿਲੇ ਅਸੀਂ ਕਰ ਲਈ ਆਪਣਾ ਵਲੌਗ ਕੰਪਲੀਟ, ਝਾੜੂ ਝਾੜੂ ਅੱਜ ਅਸੀਂ ਲਾ ਬੈਠੇ ਹਾਂ, ਵਿਹਲੇ ਹਾਂ। ਮੈਂ ਸੁਬਹ ਸੁਬਹ ਕੰਮ ਕਰੀ, ਆਪਣਾ ਵਿਹੜਾ ਛੇੜਾ ਸਾਫ਼ ਕਰ ਲਵੀਏ, ਠੀਕ ਹੈ। ਅਤੇ ਜ਼ਾਹਿਰ ਪਤਾ ਟਾਈਮ ਕੋਈ ਨਹੀਂ ਆਉਂਦਾ, ਬਾਕੀ ਕੰਮ ਕੁੰਮ ਕਰਨੇ ਹੁੰਦੇ ਹਨ। ਅਤੇ ਆਹ ਟੇਬਲ ਜਿਹੜਾ ਨਾ ਚਾਦਰਾਂ ਪਈਆਂ ਸੀ, ਇਹ ਮੈਂ ਚੁੱਕ ਕੇ ਅੰਦਰ ਰੱਖ ਦਈਏ। ਅਤੇ ਤੁਸੀਂ ਦੱਸਣਾ ਕਿ ਤੁਹਾਨੂੰ ਅੱਜ ਮੈਂ ਮੇਰਾ ਜਿਹੜਾ ਡਰੈਸ ਉਹ ਕੈਸਾ ਲੱਗ ਰਿਹਾ, ਠੀਕ ਹੈ। ਲਾਈਕ ਕਮੈਂਟ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਕੈਸਾ ਲੱਗ ਰਿਹਾ ਪੂਰਾ ਡਰੈਸ। ਥੱਲੇ ਅੱਜ ਮੇਰੀ ਜੁੱਤੀ ਵੀ ਨਵੀਂ ਹੈ, ਠੀਕ ਹੈ। ਚੂੜੀਆਂ ਜਿਹੜੀਆਂ ਨੇ ਮੈਂ ਅਗਲੀਆਂ ਪਾਈਆਂ, ਜਿਹੜੀਆਂ ਅੱਗੇ ਸ਼ਿਵਰਾਤ 'ਤੇ ਲਈਆਂ ਸੀ, ਇਹ ਉਹ ਹੀ ਚੂੜੀਆਂ, ਹੋਰ ਕੋਈ ਨਹੀਂ ਚੂੜੀਆਂ, ਠੀਕ ਹੈ। ਅਤੇ ਬਸ ਬਾਕੀ ਤੁਸੀਂ ਦੱਸਣਾ ਤੁਹਾਨੂੰ ਵਲੌਗ ਕੈਸਾ ਲੱਗਾ, ਲਾਈਕ ਕਮੈਂਟ ਸ਼ੇਅਰ ਕਰਨਾ ਹੈ, ਦਿਲ ਖੋਲ੍ਹ ਕੇ ਤਾਂ ਦੱਸੋ ਅੱਜ ਮੈਂ ਕੈਸੀ ਲੱਗ ਰਹੀ ਹਾਂ। ਬਾਕੀ ਤਾਂ ਸਭ ਠੀਕ ਹੈ ਨਾ, ਲੇਕਿਨ ਬਾਜ਼ੂ ਪਤਾ ਨਹੀਂ ਕਿਉਂ ਮੇਰੀ ਕਮੀਜ਼ ਦੇ ਨਾ ਛੋਟੇ ਨੇ। ਮੈਂ ਕਿਸੇ ਕੋਲੋਂ ਸਿਲਾਈ ਕਰਾਈ ਹੈ ਨਾ, ਅਤੇ ਬਾਜ਼ੂ ਵੀ ਛੋਟੇ ਛੋਟੇ ਨੇ, ਬਹੁਤ ਅਜੀਬ ਜਿਹਾ ਲੱਗ ਰਿਹਾ। ਪਰ ਤੁਹਾਨੂੰ ਚੂੜੀਆਂ ਤਾਂ ਨਜ਼ਰ ਆ ਰਹੀਆਂ ਨਾ, ਚੂੜੀਆਂ ਬਹੁਤ ਪਰੇਸ਼ਾਨ ਆ ਅੱਜ ਅੱਜ ਬਿਲਕੁਲ ਵੀ ਨਾ ਦਿਲ ਨਹੀਂ ਲੱਗ ਰਿਹਾ ਕਿਸੇ ਕੰਮ 'ਚ ਵੀ, ਕੋਈ ਕੰਮ ਕਰਨ ਨੂੰ ਦਿਲ ਕਰ ਰਿਹਾ। ਅਤੇ ਤੁਸੀਂ ਜਿਹੜਾ ਨਾ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਕੋਲ ਈਦ ਤੁਹਾਡੀ ਕੈਸੀ ਜਾ ਰਹੀ ਹੈ, ਤੁਹਾਡੇ ਤਾਂ ਨਹੀਂ ਕੋਈ ਪਰੇਸ਼ਾਨੀ, ਕੋਈ ਮਸਲਾ ਕਿਸੇ ਕਿਸਮ ਦਾ, ਕਿਉਂਕਿ ਅਸੀਂ ਤਾਂ ਪਰੇਸ਼ਾਨ ਹੈ ਸਾਰੀ ਗੱਲ। ਘਰ 'ਚ ਇੱਕ ਬੰਦਾ ਇੱਕ ਜੀਅ ਪਰੇਸ਼ਾਨ ਹੋਵੇ ਤਾਂ ਬੰਦਾ ਬਿਮਾਰ ਹੋਵੇ ਤਾਂ ਪਰੇਸ਼ਾਨੀ ਤਾਂ ਹੁੰਦੀ ਹੈ, ਠੀਕ ਹੈ ਜੀ। ਅਤੇ ਹੁਣ ਤੁਸੀਂ ਤੁਹਾਡੇ ਕੋਲ ਟਾਈਮ ਕੈਸਾ ਗੁਜ਼ਰ ਰਿਹਾ ਜੀ ਸਾਰਿਆਂ ਦਾ? ਮੈਂ ਸਮਾਨ ਸ਼ਾਨ ਰੱਖਣ ਲੱਗੀ ਹਾਂ, ਅਤੇ ਕੱਲ੍ਹ ਮੈਂ ਸੂਟ ਸੀਣ ਲੱਗੀ ਸੀ, ਮੇਰਾ ਇੱਕ ਸੂਟ ਸੀ, ਅਤੇ ਉਹ ਮੈਂ ਆਪਣਾ ਸੀਣ ਲੱਗੀ ਸੀਣਿਆ ਸੀਣਿਆ, ਰਸਤੇ 'ਚ ਮਸ਼ੀਨ ਨੂੰ ਕੁਝ ਮਸਲਾ ਬਣਿਆ ਅਤੇ ਚੱਲਣਾ ਰੁਕ ਗਈ, ਅਤੇ ਸੂਟ ਮੇਰਾ ਅੱਧ ਵਿਚਾਲੇ ਪਏ ਆ ਉੱਥੇ। ਅਤੇ ਅੱਲਾ ਕਰੇ ਥੋੜ੍ਹੀ ਮਸ਼ੀਨ ਸੈੱਟ ਹੋਵੇ, ਤੇਲ ਛੇਲ ਦਿੱਤਾ ਤਾਂ ਹੈ, ਅੱਲਾ ਕਰੇ ਸੈੱਟ ਹੋਵੇ, ਅਤੇ ਫਿਰ ਜਿਹੜਾ ਨਾ ਦੇਖਾਂਗੇ ਕੀ ਬਣਦਾ ਕੀ ਨਹੀਂ ਬਣਦਾ, ਕੀ ਹਿਸਾਬ ਹੁੰਦਾ, ਠੀਕ ਹੈ ਜੀ। ਅਤੇ ਉਹ ਸੂਟ ਨੂੰ ਕੰਪਲੀਟ ਕਰਨਾ, ਕਮੀਜ਼ ਹੀ ਹੈ, ਸ਼ਲਵਾਰ ਤਾਂ ਕੰਪਲੀਟ ਹੋ ਗਈ ਸੀ, ਤੁਹਾਨੂੰ ਦਿਖਾਈ ਵੀ ਸੀ ਮੈਂ, ਅਤੇ ਸ਼ਲਵਾਰ ਆਲਮੋਸਟ ਡਨ ਆ, ਕਮੀਜ਼ ਵੀ ਅੱਧਾ ਤੋਂ ਜ਼ਿਆਦਾ ਡਨ ਆ, ਥੋੜ੍ਹੀ ਜਿਹੀ ਰਹਿ ਗਈ ਬਸ, ਅੱਲਾ ਕਰੇ ਉਹ ਵੀ ਹੋ ਜਾਏ, ਮਸ਼ੀਨ ਥੋੜ੍ਹੀ ਜਿਹੜੀ ਮੈਂ ਸਾਥ ਦੇ ਰਿਹਾ ਸਾਡਾ, ਪਰੇਸ਼ਾਨੀ ਇਹ ਤੋਂ ਬਣੀ ਨੰਬਰ ਜਾਏ ਤਾਂ ਜਾਏ ਕਿੱਧਰ, ਥੋੜ੍ਹਾ ਜਿਹਾ ਬੁਖਾਰ ਹੋਵੇ ਨਾ ਤਾਂ ਵੀ ਬੰਦਾ ਆਖੇ 103 102 ਮੈਡੀਸਨ ਖਾਓ ਤਾਂ 102 'ਤੇ ਆ ਜਾਏਗਾ, ਅਸਰ ਖਤਮ ਹੋਣਾ ਚਾਹੀਦਾ, ਵਾਪਸ 103 'ਤੇ ਚਲਾ ਜਾਏਗਾ। ਕੁਝ ਸਮਝ ਨਹੀਂ ਆ ਰਹੀ ਕੀ ਹੋ ਰਿਹਾ, ਅੱਲਾ ਕਿ ਨਾ ਅਸੀਂ ਠੰਡਾ ਪਾਣੀ ਇਸਤੇਮਾਲ ਕਰ ਰਹੇ ਹਾਂ, ਨਾ ਕੋਈ ਠੰਡੀ ਚੀਜ਼ ਖਾਧੀ, ਨਾ ਕੁਝ, ਅਚਾਨਕ ਪਤਾ ਨਹੀਂ ਕਿਉਂ ਹੋ ਗਿਆ। ਸਾਰੇ ਟਾਈਮ ਉੱਠੇ ਸਨ ਅਤੇ ਕਹਿੰਦੇ ਚਲੋ ਠੀਕ ਹੈ, ਮੈਂ ਉਹਨਾਂ ਠਾਇਆ, ਮੈਂ ਕਿਹਾ ਰੋਟੀ ਰੁਟੀ ਦੀ ਮੈਂ ਪਕਾਉਣ ਲੱਗੀ ਅਤੇ ਤੁਸੀਂ ਵੀ ਉੱਠ ਕੇ ਨਾ ਮੂੰਹ ਹੱਥ ਧੋ ਕੇ ਅਤੇ ਆ ਜਾਓ। ਮੂੰਹ ਹੱਥ ਧੋਣ ਆਏ ਨੇ ਬਾਹਰ, ਅੰਦਰੋਂ ਬਾਹਰ ਠੀਕ ਠਾਕ ਆਏ, ਬਾਹਰੋਂ ਅੰਦਰ ਬਹੁਤ ਮੁਸ਼ਕਿਲ ਉਹਨਾਂ ਕੋਲ ਜਾਣਾ ਹੋਇਆ। ਅਤੇ ਹੁਣ ਅਸੀਂ ਸਮਾਨ ਸਮੂਨ ਵੀ ਰੱਖੀਏ ਅੰਦਰ ਆਪਣਾ,
ਠੀਕ ਹੈ। ਮਸ਼ੀਨ ਮੇਰੀ ਰੋ ਪਈ ਉੱਥੇ, ਉਹ ਵੀ ਚੁੱਕਣੀ ਹੈ। ਇਹਦੇ ਸਾਰੇ ਕੰਮ ਕੁੰਮ ਨਿਬੇੜਨੇ ਨਾਲ ਉੱਥੇ ਮੇਰੀ ਜਗ੍ਹਾ ਨਾਲ ਵੀ ਇੰਜੋਏ ਕਰ ਰਹੀ। ਹੁਣ ਤੇ ਜੰਮ ਗਿਆ ਨਾ ਦੁੱਧ, ਉਸ ਟਾਈਮ ਇੰਨਾ ਮਜ਼ੇਦਾਰ ਸੀ ਦੁੱਧ। ਸੇਵੀਆਂ ਜਿਹੜੀਆਂ ਬਹੁਤ ਮਜ਼ਾ ਕਰਦੀਆਂ ਸੀ। ਬਹੁਤ ਮਜ਼ੇ ਮਜ਼ੇ ਦੀਆਂ ਸੇਵੀਆਂ, ਸਵਾਦੀ ਸਵਾਦੀ। ਨਾ ਖਾਣ ਦਾ ਵੀ ਆਪਣਾ ਮਜ਼ਾ, ਬਾਕੀ ਖਾਂਦੇ ਹਾਂ ਅਸੀਂ ਬਾਅਦ 'ਚ। ਕਹਿੰਦੇ ਬਾਕੀ ਰੂਟੀਨ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਅੱਜ ਕੀ ਕੁਝ ਕਰਨਾ ਕੀ ਨਹੀਂ। ਅੱਜ ਅਸੀਂ ਤਾਂ ਕੁਝ ਵੀ ਨਹੀਂ ਹਜੇ ਤੱਕ ਪਕਾਇਆ, ਜਿਹੜੀ ਸਿੱਧੀ ਗੱਲ ਹੈ। ਅਹਿਮਦ ਦੀ ਦਾਦੂ ਦੇ ਘਰੋਂ ਆਉਣੀ ਹੈ ਸਾਡੇ ਵਾਸਤੇ ਚਾਟ, ਅਤੇ ਹੋਰ ਕੁਛ ਸਮਾਨ ਆ ਅਸੀਂ ਬਾਅਦ 'ਚ ਫਿਰ ਦੇਖਾਂਗੇ। ਕਿ ਅਸੀਂ ਮੇਰਾ ਤਾਂ ਦਿਲ ਅਸੀਂ ਚਾਵਲ ਪਕਾ ਲਈਏ, ਲੇਕਿਨ ਅਹਿਮਦ ਦੇ ਬਾਬਾ ਨੇ ਖਾਣੇ ਕੋ ਨਹੀਂ। ਅਹਿਮਦ ਇਤਨੇ ਜ਼ਿਆਦਾ ਖਾਂਦਾ, ਉਹਨੇ ਖਾਦਾ ਕੋ ਨਹੀਂ, ਮੈਨੂੰ ਚਾਵਲ ਪਕਾਉਣ ਦਾ। ਇਸ ਵਜ੍ਹਾ ਫਿਰ ਮੈਂ ਚਾਵਲ ਵੀ ਅੱਡੀ ਕੈਂਸਲ ਕੀਤੇ। ਮੈਂ ਕੱਲ੍ਹ ਜੇ ਤਬੀਅਤ ਸਹੀ ਤਾਂ ਕੱਲ੍ਹ ਚਾਵਲ ਪਕਾਵਾਂਗੇ, ਠੀਕ ਹੈ ਨਾ। ਅੱਜ ਜਿਹੜਾ ਮੈਂ ਫਿਰ ਕੁਛ ਸਾਲਨ ਸੁਲਨ ਪਕਾ ਲਵਾਂਗੇ, ਦੇਖਾਂਗੇ ਫਿਰ ਕੀ ਬਣਦਾ। ਇਹਦੇ ਛਾਂ ਵਾਲੇ ਪਾਸੇ ਮੈਂ ਇਸ ਤੋਂ ਆਈ ਹਾਂ, ਠੀਕ ਹੈ। ਅਤੇ ਛਾਂ ਵਿੱਚ ਮੈਂ ਖੜ੍ਹੀ ਹੋਵਾਂਗੀ, ਅਤੇ ਤੁਸੀਂ ਮੈਨੂੰ ਦੱਸਣਾ ਕਿ ਮੈਂ ਤਿਆਰ ਸ਼ਰ ਸਹੀ ਹੋਈ ਹਾਂ ਜਾਂ ਨਹੀਂ। ਹੈ ਤਾਂ ਵੈਸੇ ਅੱਜ ਮੇਰਾ ਦਿਲ ਕੋ ਨਹੀਂ ਸੀ ਤਿਆਰ ਹੋਣ 'ਤੇ, ਲੇਕਿਨ ਫਿਰ ਵੀ ਮੈਂ ਕਿਹਾ ਵਲੌਗ ਬਣਾਉਣਾ ਥੋੜ੍ਹਾ ਬਹੁਤ ਤਿਆਰ ਹੋ ਜਾਏਗੀ, ਇਸ ਵਾਸਤੇ ਮੈਂ ਤਿਆਰ ਹੋਈ ਹਾਂ, ਠੀਕ ਹੈ। ਅਤੇ ਹੁਣ ਤੁਸੀਂ ਦੱਸੋ ਮੈਂ ਸਹੀ ਤਿਆਰ ਹੋਈ ਹਾਂ ਜਾਂ ਨਹੀਂ। ਐਵੇਂ ਬਾਲੀਆਂ ਵੀ ਪਾਈਆਂ ਨੇ, ਇਹ ਕਾਫੀ ਅਰਸੇ ਦੀਆਂ ਮੈਂ ਲੈ ਕੇ ਰੱਖੀਆਂ ਸੀ। ਦਿਲ ਸੀਗਾ ਸੂਟ ਬਲੈਕ ਲਵਾਂਗੀ, ਅਤੇ ਉਹਦੇ ਨਾਲ ਬਲੈਕ ਸੂਟ ਤਾਂ ਲੈਣ ਨਹੀਂ ਹੋਇਆ। ਮੈਂ ਕਿਹਾ ਚੱਲ ਅੱਜ ਇਹਦੇ ਨਾਲ ਹੀ ਚਲਾ ਲੈਂਦੇ, ਇਹਦੇ 'ਚ ਵੀ ਮਾੜਾ ਮਾੜਾ ਜਿਹੜਾ ਨਾ ਕਾਲਾ ਰੰਗ ਹੈ, ਮੈਂ ਦੇਖੀ ਦੁਪੱਟੇ ਦੀ ਕੰਨੀਆਂ ਦੇ ਵਿੱਚ ਨਾ ਰੰਗ ਹੈ, ਇਹਦੇ 'ਚ ਵੀ ਕਾਲਾ ਕਾਲਾ। ਅਤੇ ਮੈਂ ਕਿ ਅੱਲਾ ਪਾਕ ਖੈਰ ਕਰੇ ਜੀ, ਖੈਰ ਦਾ ਟਾਈਮ ਆਵੇ ਸਭ 'ਤੇ, ਅੱਛਾ ਅੱਛਾ ਆਵੇ, ਖੁਸ਼ੀਆਂ ਨਾਲ ਭਰਪੂਰ ਆਵੇ, ਅਤੇ ਅੱਲਾ ਪਾਕ ਸਾਰਿਆਂ ਨੂੰ ਖੁਸ਼ੀਆਂ ਨਸੀਬ ਕਰੇ। ਜਿੰਨੇ ਮੇਰੇ ਭੈਣ ਭਰਾ ਆਪਣੇ ਮੁਲਕ ਤੋਂ ਦੂਰ ਦੂਸਰੇ ਮੁਲਕ ਵਿੱਚ ਨਾ, ਠੀਕ ਹੈ, ਵਿਚਾਰੇ ਕੰਮਾਂ ਕਾਜਾਂ ਦੀ ਖਾਤਰ ਦੂਸਰੇ ਮੁਲਕ 'ਚ ਆਪਣੇ ਪਿਆਰਿਆਂ ਤੋਂ ਦੂਰ ਰਹਿ ਕੇ ਈਦ ਮਨਾ ਰਹੇ, ਉਹਨਾਂ ਵਿਚਾਰਿਆਂ ਦੀ ਵੀ ਤਾਂ ਈਦ ਹੈ ਨਾ, ਉਹ ਵੀ ਤਾਂ ਕਰ ਹੀ ਰਹੇ ਮਜਬੂਰੀ ਵਿੱਚ। ਬਾਕੀ ਅੱਲਾ ਪਾਕ ਹੀ ਹੈ, ਰਹਿਮ ਕਰੇ ਸਾਰਿਆਂ 'ਤੇ ਅੱਲਾ ਪਾਕ, ਹਰ ਇੱਕ ਨੂੰ ਜਿਹੜਾ ਨਾ ਉਹ ਆਪਣੇ ਨਾਲ ਜਿਹੜਾ ਨਾ ਈਦ ਮਨਾਉਣ ਦੀ ਜਿਹੜਾ ਨਾ ਖੁਸ਼ੀ ਨਸੀਬ ਕਰੇ, ਕੀ ਕਹਿ ਸਕਦੇ ਹਾਂ। ਕਿਉਂਕਿ ਈਦ ਦੀ ਖੁਸ਼ੀ ਹਮੇਸ਼ਾ ਆਪਣਿਆਂ ਨਾਲ ਹੁੰਦੀ ਹੈ, ਹੋਰ ਕਿਸੇ ਨਾਲ ਤਾਂ ਹੁੰਦੀ ਨਹੀਂ। ਇਸ ਵਕਤ ਜਿਹੜੇ ਪਰਦੇਸ 'ਚ ਮੇਰੇ ਭੈਣ ਭਰਾ ਬੈਠੇ ਹਨ, ਅੱਲਾ ਪਾਕ ਉਹਨਾਂ ਨੂੰ ਸਬਰ ਦੇ, ਅਤੇ ਅੱਲਾ ਪਾਕ ਕੋਸ਼ਿਸ਼ ਇਹ ਹੀ ਕਰਾਂਗੇ, ਠੀਕ ਹੈ, ਦੁਆ ਇਹ ਕਰਾਂਗੇ, ਮਤਲਬ ਕੋਸ਼ਿਸ਼ ਤਾਂ ਉਹਨਾਂ ਕਰਨੀ, ਦੁਆ ਅਸੀਂ ਕਰਾਂਗੇ ਕਿ ਇਨਸ਼ਾਅੱਲਾ ਅਗਲੀ ਵਾਰੀ ਉਹ ਵੀ ਆਪਣੇ ਪਿਆਰਿਆਂ ਨਾਲ ਆਪਣੀ ਈਦ ਮਨਾਉਣ, ਅਤੇ ਅੱਲਾ ਪਾਕ ਸਭ ਨੂੰ ਖੁਸ਼ ਰੱਖੇ ਜੀ, ਆਬਾਦ ਰੱਖੇ, ਹੱਸਦਾ ਮੁਸਕਰਾਉਂਦਾ ਰੱਖੇ ਜੀ। ਅਤੇ ਮੇਰਾ ਵਲੌਗ ਤੁਸੀਂ ਦੱਸਣਾ ਅੱਜ ਦਾ ਕੈਸਾ ਲੱਗਾ। ਇਸ ਤਰ੍ਹਾਂ ਕੋਈ ਕੰਮ ਕੁੰਮ ਤਾਂ ਕੀਤਾ ਨਹੀਂ, ਗੱਲਾਂ ਗੁੱਲਾਂ ਕਰਨ ਲੱਗੀਆਂ ਜਿਹੜੀ ਸਿੱਧੀ ਗੱਲ, ਅਤੇ ਚੂੜੀਆਂ ਮੇਰੀਆਂ ਖੱਟੀਆਂ ਤਾਂ ਸਾਰੀਆਂ, ਕਿਉਂਕਿ ਸ਼ਬਰਾਤ ਦਾ ਜਿਹੜਾ ਸੂਟ ਸੀ ਨਾ ਔਰੇਂਜ ਅਤੇ ਗ੍ਰੀਨ ਕਲਰ ਦਾ ਸੀ, ਤਾਂ ਵਾਸਤੇ ਜਿਹੜਾ ਪਰਸਨ ਜੋ ਉਸਨੂੰ ਮੇਰੇ ਹੱਥ 'ਚ ਪਾਇਆ ਸੀ, ਅਸੀਂ ਤਾਂ ਕਿਹਾ ਤਾਂ ਇਹੀ ਅੱਜ ਇਹ ਦਾ ਸੂਟ, ਇਹ ਦੱਸਣਾ ਤੁਹਾਨੂੰ ਕੈਸਾ ਲੱਗਿਆ। ਅਤੇ ਇੱਕ ਮੇਰਾ ਯੈਲੋ ਸੂਟ ਹੈ ਜਿਹੜਾ ਮੈਂ ਖੁਦ ਸਿਲਾਈ ਕਰ ਰਹੀ ਸੀ, ਜਿਹਦੀ ਵਾਰੀ ਮਸ਼ੀਨ ਨੇ ਸੈਪਾ ਪਾ ਦਿੱਤਾ, ਉਹ ਇਨਸ਼ਾਅੱਲਾ ਕੱਲ੍ਹ ਜਾਂ ਪਰਸੋਂ ਉਹ ਲਾ ਪਾਵਾਂਗੀ, ਫਿਰ ਤੁਹਾਨੂੰ ਦਿਖਾਵਾਂਗੀ ਕਿ ਉਹ ਸੂਟ ਅਸੀਂ ਕੈਸੇ ਲੱਗ ਰਹੇ ਹਾਂ। ਉਮੀਦ ਹੈ ਕਿ ਤੁਹਾਨੂੰ ਇਹ ਵੀ ਸੂਟ ਪਸੰਦ ਆਏਗਾ, ਅਤੇ ਉਹ ਵੀ ਸੂਟ ਪਸੰਦ ਆਏਗਾ। ਉਹਦੇ ਨਾਲ ਤਾਂ ਮੈਂ ਚੂੜੀਆਂ ਵੀ ਲਈਆਂ ਸੀ ਮੈਚ ਕਰਕੇ, ਇਹਦੇ ਨਾਲ ਕੋਈ ਨਹੀਂ ਲਈਆਂ, ਇਹ ਬਸ ਐਵੇਂ ਸਿਆਂ ਦੇ
ਬਸ ਕੀ ਕਰੀਏ, ਪਰੇਸ਼ਾਨੀ ਸੀ, ਪਰੇਸ਼ਾਨੀ ਵਿੱਚ ਕੀ ਕਰੀਏ। ਅਹਿਮਦ ਦੇ ਸੂਟ ਲਏ ਸੀ ਅਤੇ ਉਦੋਂ ਚੂੜੀਆਂ ਮੈਨੂੰ ਸੋਹਣੀਆਂ ਲੱਗੀਆਂ ਸੀ, ਮੈਂ ਨਾਲ ਚੂੜੀਆਂ ਉਹ ਲੈ ਲਈਆਂ ਸੀ ਜਿਹੜੀਆਂ ਉਹ ਸੂਟ ਨਾਲ, ਕਿ ਉਹ ਕਿਹੜਾ ਐਡੀਆਂ ਮਹਿੰਗੀਆਂ ਹੁੰਦੀਆਂ, ਉਹ ਤਾਂ ਸਸਤੀਆਂ, ਜਿਹੜੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਡਿਜ਼ਾਇਨਾਂ ਵਾਲੀਆਂ ਉਹ ਮਹਿੰਗੀਆਂ ਨੇ, ਸਾਦੀਆਂ ਸਸਤੀਆਂ ਲੱਭ ਜਾਂਦੀਆਂ। ਫਿਰ ਵੀ ਜੇ ਸੂਟ ਨਾਲ ਮੈਂ ਕੋਈ ਨਹੀਂ ਲਈ, ਕਿਉਂ ਜਦੋਂ ਇਹ ਸੂਟ ਨੂੰ ਲੈਣ ਦੀ ਵਾਰੀ ਆਈ ਸੀ ਪੀਲੇ, ਉਸ ਟਾਈਮ ਖਰਚਾ ਜ਼ਰਾ ਘੱਟ ਗਿਆ ਸੀ ਸਾਡੇ ਕੋਲ। ਅਤੇ ਹੁਣ ਜਿਹੜਾ ਨਾ ਮੈਂ ਚੱਲ ਰਹੀ ਹਾਂ ਅੰਦਰ, ਅਤੇ ਚੱਲ ਕੇ ਬਹਿੰਦੇ ਹਾਂ ਕਿਉਂਕਿ ਬਾਹਰ ਹੈ ਗਰਮੀ। ਅਤੇ ਜਿਹੜਾ ਮੈਂ ਮਾੜਾ ਮੋਟਾ ਮੇਕਅਪ ਥੱਪੇ ਆ ਨਾ, ਪਰਸੀਨੇ ਨਾਲ ਨਾ ਇਹਦੀ ਘਰਾਲਾ ਪੈ ਜਾਣੀ ਆ, ਮੇਕਅਪ ਨਹੀਂ ਘਰਾਲਾ ਨਾ ਵੱਜੋ। ਠੀਕ ਹੈ ਜੀ, ਚੱਲਦੇ ਹਾਂ ਜੀ ਅੰਦਰ ਕਮਰੇ 'ਚ, ਥੋੜ੍ਹਾ ਜਿਹਾ ਪੱਖਾ ਲੈਂਦੇ ਹਾਂ, ਹਵਾ ਲੈਂਦੇ ਹਾਂ ਮਾੜੀ ਜੀ, ਅਤੇ ਫਿਰ ਛਣ ਛਣਾ ਛਣ ਛਣ ਕਮਰੇ 'ਚ ਕਰਦੇ ਹਾਂ ਜਾ ਕੇ।